ਆਪਣੇ ਪੰਜਾਬੀ ਸਿਆਣੇ ਸੀਗੇ ਉਹ ਜਲਦੀ ਸਮਝ ਗਏ ਵੀ ਅਕਾਲੀ ਦਲ ਕਾਂਗਰਸ ਬੀਜੇਪੀ ਤੋਂ ਜਿੰਨੀ ਛੇਤੀ ਖੇੜਾ ਛੁਡਾ ਲਾਂਗੇ ਉਨੇ ਚੰਗੇ ਰਹਾਂਗੇ, ਉਹ ਪਹਿਲਾਂ ਲੈ ਆਏ। ਹੁਣ ਜਿਨ੍ਹਾਂ ਨੂੰ ਸੋਝੀ ਥੋੜ੍ਹੀ ਲੇਟ ਆਊਗੀ ਉਹ ਫਿਰ ਉਸ ਸਮੇਂ ਮੁਤਾਬਕ ਆਜੂ ਆਮ ਆਦਮੀ ਪਾਰਟੀ ਉੱਥੇ। ਚੁਣਾਵੀ ਰਾਜਾਂ ਦੇ ਨਤੀਜਿਆਂ ਬਾਅਦ ਮਾਣਯੋਗ ਮੰਤਰੀ ਅਮਨ ਅਰੋੜਾ ਦਾ ਇਹ ਬਿਆਨ ਆਇਆ ਹੈ। ਕੈਬਨਿਟ ਮੰਤਰੀ ਦਾ ਮੰਨਣਾ ਹੈ ਕਿ ਪੰਜਾਬੀ ਸਿਆਣੇ ਸੀ ਇਸ ਲਈ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਿਆ। ਹੁਣ ਜਿਹੜੇ ਰਾਜਾਂ ਵਿੱਚ ਆਮ ਆਦਮੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ ਇਹਨਾਂ ਸੂਬਿਆਂ ਦੇ ਲੋਕਾਂ ਬਾਰੇ ਮਾਣਯੋਗ ਮੰਤਰੀ ਦਾ ਮੰਨਣਾ ਹੈ ਕਿ ਇਹਨਾਂ ਨੂੰ ਹਾਲੇ ਸੋਝੀ ਦੇਰ ਨਾਲ ਆਵੇਗੀ। ਦਰਅਸਲ ਪੰਜ ਰਾਜਾਂ ਦੇ ਚੋਣ ਨਤੀਜਿਆਂ ਬਾਅਦ ਆਮ ਆਦਮੀ ਪਾਰਟੀ ਨੂੰ ਵੱਡੀ ਮਾਯੂਸੀ ਹੋਈ ਹੈ। ਪਾਰਟੀ ਇੱਕ ਵੀ ਸੀਟ ਜਿੱਤਣਾ ਤਾਂ ਦੂਰ ਦੀ ਗੱਲ, ਚੰਗੀ ਵੋਟ ਫੀਸਦ ਵੀ ਹਾਸਲ ਨਹੀਂ ਕਰ ਸਕੀ। ਹਾਲ ਇੱਥੋਂ ਤੱਕ ਮਾੜਾ ਰਿਹਾ ਕਿ ਚੋਣ ਅੰਕੜਿਆਂ ਮੁਤਾਬਕ ਪਾਰਟੀ ਨੋਟਾ ਦੇ ਬਰਾਬਰ ਵੀ ਵੋਟਾਂ ਨਹੀਂ ਹਾਸਲ ਕਰ ਸਕੀ। ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਬਾਅਦ ਆਮ ਆਦਮੀ ਪਾਰਟੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਣੇ ਛੱਤੀਸਗੜ੍ਹ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾ ਰਹੀ ਸੀ, ਪਰ ਹੋਇਆ ਇਸ ਦੇ ਉਲਟ। ਅਜਿਹੇ ਵਿੱਚ ਮਾਣਯੋਗ ਮੰਤਰੀ ਅਮਨ ਅਰੋੜਾ ਨੇ ਇਹ ਅਜੀਬੋ ਗਰੀਬ ਆਪਣੀ ਰਾਏ ਰੱਖੀ ਹੈ। ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਹੈਗਾ ਜੀ, ਤੁਸੀਂ ਨੋ ਡਾਊਟ ਇਲੈਕਸ਼ਨ ਜਦੋਂ ਕੋਈ ਰਿਜ਼ਲਟ ਫੇਵਰੇਬਲ ਨਾ ਆਵੇ ਤਾਂ ਉਦੋਂ ਥੋੜ੍ਹੀ ਡਿਸਅਪੋਇੰਟਮੈਂਟ ਜ਼ਰੂਰ ਹੁੰਦੀ ਹੈ, ਪਰ ਸਵਾਲ ਇਹ ਹੈ ਵੀ ਉਹਨਾਂ ਸਟੇਟਾਂ ਦੇ ਵਿੱਚ ਅਸੀਂ, ਕਿਉਂਕਿ ਹੁਣ ਪੰਜਾਬ ਦੇ ਵਿੱਚ ਵੀ ਕੀ ਹੋਇਆ ਸੀਗਾ ਪਹਿਲਾਂ ਜਦੋਂ ਆਪਣਾ ਇਹਦੇ ਵਿੱਚ 17 ਦੇ ਵਿੱਚ ਅਸੀਂ ਓਪੋਜੀਸ਼ਨ ਦੇ ਵਿੱਚ ਆਏ ਸੀਗੇ, ਨਹੀਂ ਸਰਕਾਰ ਬਣਾ ਸਕੇ ਸੀਗੇ। ਥੋੜ੍ਹਾ ਸਮਾਂ ਜ਼ਰੂਰ ਲੱਗਦਾ, ਪਰ ਇੱਕ ਚੀਜ਼ ਤੁਹਾਨੂੰ ਵੀ ਦੇਖੋ ਮੰਨਣੀ ਪੈਣੀ ਹੈ ਵੀ ਅੱਜ ਦੀ ਡੇਟ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਜੇ ਕੋਈ ਫਾਸਟੈਸਟ ਗਰੋਇੰਗ ਪਾਰਟੀ ਹੈਗੀ ਉਹ ਆਮ ਆਦਮੀ ਪਾਰਟੀ ਹੈ। ਅੱਜ 10 ਸਾਲ ਦੇ ਮਹਿਜ਼ ਕੈਰੀਅਰ ਦੇ ਵਿੱਚ ਨੈਸ਼ਨਲ ਪਾਰਟੀ ਦਾ ਟੈਗ ਮਿਲਣਾ, ਅੱਜ 10 ਸਾਲਾਂ ਦੇ ਕਾਂਗਰਸ 125 ਸਾਲ ਪੁਰਾਣੀ ਪਾਰਟੀ ਹੈ, ਕਾਂਗਰਸ ਕੋਲ 3 ਸਟੇਟਾਂ ਨੇ ਅਤੇ ਸਾਡੇ ਕੋਲ 10 ਸਾਲ ਪੁਰਾਣੀ ਪਾਰਟੀ ਕੋਲ 2 ਸਟੇਟਾਂ ਨੇ। ਸੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਬਟ ਇਹ ਨਹੀਂ ਹੈ ਵੀ ਹੁਣ ਕਈ ਵਾਰੀ ਇਹਨਾਂ ਸਟੇਟਾਂ ਇਹੋ ਜਿਹੀਆਂ ਨੇ ਵੀ ਇੱਥੇ ਵਾਰੀ ਵੱਟਾ, ਜਿਹੜਾ ਸਪੋਜ਼ ਆਪਾਂ ਰਾਜਸਥਾਨ ਦੀ ਗੱਲ ਕਰ ਲਈਏ, ਉੱਥੇ ਪਿਛਲੇ 50 ਸਾਲਾਂ ਤੋਂ ਵਾਰੀ ਵੱਟਾ ਹੀ ਚੱਲ ਰਿਹਾ, ਇੱਕ ਵਾਰੀ ਕਾਂਗਰਸ ਇੱਕ ਵਾਰੀ ਬੀਜੇਪੀ, ਉਹਨਾਂ ਤੋਂ ਦੁਖੀ ਹੋ ਕੇ ਉਹਨਾਂ ਨੂੰ ਪਾ ਦਿੰਦੇ ਨੇ, ਉਹਨਾਂ ਤੋਂ ਦੁਖੀ ਹੋ ਕੇ ਉਹਨਾਂ ਨੂੰ ਪਾ ਦਿੰਦੇ ਨੇ, ਪਰ ਬਾਏ ਦਾ ਐਂਡ ਆਫ ਦਾ ਡੇ ਜਦੋਂ ਜਿਹੜੀ ਸਟੇਟ ਦੇ ਆਪਣੇ ਪੰਜਾਬੀ ਸਿਆਣੇ ਸੀਗੇ ਉਹ ਜਲਦੀ ਸਮਝ ਗਏ ਵੀ ਅਕਾਲੀ ਦਲ ਕਾਂਗਰਸ ਬੀਜੇਪੀ ਤੋਂ ਜਿੰਨੀ ਛੇਤੀ ਖੇੜਾ ਛੁਡਾ ਲਾਂਗੇ ਉਨੇ ਚੰਗੇ ਰਹਾਂਗੇ, ਉਹ ਪਹਿਲਾਂ ਲੈ ਆਏ। ਹੁਣ ਜਿਨ੍ਹਾਂ ਨੂੰ ਸੋਝੀ ਥੋੜ੍ਹੀ ਲੇਟ ਆਊਗੀ ਉਹ ਫਿਰ ਉਸ ਸਮੇਂ ਮੁਤਾਬਕ ਆਜੂ ਆਮ ਆਦਮੀ ਪਾਰਟੀ ਉੱਥੇ।